ਇਸ ਤਰ੍ਹਾਂ ਹੈਗਾ ਇਲਜ਼ਾਮ ਅਗਰ ਇਹ ਵੈਸੇ ਤਾਂ ਸਾਰਿਆਂ ਨੂੰ ਪਤਾ ਬੇਬੁਨਿਆਦੀ ਹੈਗੇ ਨੇ ਇਹ ਕਹਿੰਦੇ ਨੇ ਇਹਦੇ ਵਿੱਚ ਜਿਵੇਂ ਗੇਟਦਾਨਾਂ ਨੇ ਕਿਹਾ ਹੈਗਾ ਲੱਗਾ ਸਾਡਾ 6-6.5 ਲੱਖ ਰੁਪਇਆ ਹੈਗਾ ਕਹਿੰਦੇ ਨੇ ਜੀ 80 ਲੱਖ ਲੱਗ ਗਿਆ ਹੈਗਾ ਸਾਡੇ ਕਾਰਪੇਟ 'ਤੇ ਲੱਗਾ ਹੈਗਾ 13 ਲੱਖ ਰੁਪਇਆ ਕਹਿੰਦੇ ਨੇ ਜੀ ਇਹਨਾਂ ਨੇ 25 ਲੱਖ ਦਾ ਕਾਰਪੇਟ ਲਗਵਾ ਦਿੱਤਾ ਹੈਗਾ ਸਾਡਾ ਏਅਰ ਕੰਡੀਸ਼ਨ ਸਾਨੂੰ ਕਿਸੇ ਨੇ ਡੋਨੇਟ ਕੀਤਾ ਹੈਗਾ ਵੇ ਉਹਦੇ 'ਚ ਇਹਨਾਂ ਨੇ ਕਿੰਤੂ ਪਰੰਤੂ ਕੀਤੀ ਹੈ ਰੋਟੀਆਂ ਦੀ ਜਿਹੜੀ ਹੈਗੀ ਹੈ ਚਪਾਤੀਆਂ ਦੀ ਮਸ਼ੀਨ ਕਿਸੇ ਨੇ ਸਾਨੂੰ ਡੋਨੇਟ ਕੀਤੀ ਉਹਦੇ 'ਚ ਇਹਨਾਂ ਨੇ ਕਿੰਤੂ ਪਰੰਤੂ ਕੀਤਾ ਹੈਗਾ ਵੇ ਅਤੇ ਇਹਨਾਂ ਦਾ ਤਾਂ ਨਾ ਇੱਕ ਕੰਮ ਹੀ ਹੈਗਾ ਵੇ ਕਿ ਵੀ ਆਪਣੇ ਅੱਛਾ ਫਿਰ ਮੈਂ ਇਹਨਾਂ ਨੂੰ ਕਹਿੰਦਾ ਵਾਂ ਕਿ ਵੀ ਤੁਸੀਂ ਮੈਨੂੰ ਨਾ ਤੁਸੀਂ ਪਹਿਲੇ ਮੇਰੇ ਕੋਲ ਤਾਂ ਆਓ ਨਾ ਜਿਹੜੇ ਪੋਸਟਰ ਛਾਪਦੇ ਪਹਿਲੇ ਮੇਰੇ ਕੋਲ ਉਹ ਹਿਸਾਬ ਲੈਣ ਵਾਸਤੇ ਉਹ ਨਹੀਂ ਆਉਣਗੇ ਉਹ ਕਹਿਣਗੇ ਸੰਗਤ ਸਾਨੂੰ ਪੁੱਛਦੀ ਅਤੇ ਸੰਗਤ ਅੱਜ ਤੱਕ ਮੈਨੂੰ 10 ਬੰਦੇ ਮੈਂ ਕਹਿੰਦਾ ਮੇਰੇ ਕੋਲ 10 ਬੰਦੇ ਸੰਗਤ ਜਿਹੜੇ ਸਵੇਰੇ ਸ਼ਾਮ ਆਉਂਦੇ ਨੇ ਉਹ ਲੈ ਕੇ ਆਓ ਜਿਹਨੇ ਜਿਹੜੇ ਪੁੱਛਣ ਮੈਨੂੰ ਕਿ ਹਾਂ ਵੀ ਹਿਸਾਬ ਕੀ ਹੈਗਾ ਉਹ ਅੱਜ ਤੱਕ ਨਹੀਂ 10 ਬੰਦੇ ਲਿਆ ਕੇ ਆ ਸਕੇ ਕਹਿੰਦੇ ਜੀ ਮੈਨੂੰ ਸੰਗਤ ਬੜਾ ਕਹਿੰਦੀ ਜੀ ਸੰਗਤ ਸਾਹਿਬ ਪੁੱਛਦੀ ਹੈਗੀ ਜੀ ਆ ਕਰਦੇ ਮੈਂ ਕਹਿਣਾ ਵਾ ਸੰਗਤ ਤੈਨੂੰ ਪੁੱਛਦੀ ਜਿਹੜਾ 15 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਜਾਂ 20 ਦਿਨਾਂ ਬਾਅਦ ਆਉਂਦਾ ਹੈਗਾ ਵੇ ਅਤੇ ਹਰਮਨਜੀਤ ਸਿੰਘ ਸਵੇਰੇ 8:30 ਤੋਂ ਲੈ ਕੇ 8:15 ਤੋਂ ਲੈ ਕੇ 12 ਵਜੇ ਤੱਕ 11:30 ਦੇ ਉੱਥੇ ਰਹਿੰਦਾ ਉਹਨੂੰ ਕੋਈ ਨਹੀਂ ਸੰਗਤ ਪੁੱਛਦੀ ਹੈਗੀ ਇਹ ਬੇਬੁਨਿਆਦੀ ਇਹਨਾਂ ਦਾ ਕੰਮ ਹੈਗਾ ਨੇ ਅਸੀਂ ਇਹਨਾਂ ਉੱਤੇ ਤਵੱਜੋ ਹੀ ਨਹੀਂ ਦਿੱਤੀ ਹੈਗੀ ਕਦੀ ਵੀ ਔਰ ਨਾ ਹੀ ਅੱਗੋਂ ਦਿਆਂਗੇ ਇਹਨਾਂ ਦੀ ਦੇਖੋ ਗੁਰੂ ਮਹਾਰਾਜ ਦੀ ਮਿਹਰ ਦੇ ਸਦਕਾ ਜੋ ਮੈਨੂੰ ਲੱਗਦਾ ਜਿੰਨਾ ਕੁ ਮੈਂ ਜਾਣਾ ਪਿਆ ਵਾਂ ਜਿੰਨਾ ਕੁ ਮੈਂ ਲੋਕਾਂ ਦੇ ਵਿੱਚ ਹੈਗਾ ਵਾਂ ਜਾਂ ਬਿਲਕੁਲ ਮੈਨੂੰ ਇਹ ਲੱਗਦਾ ਪਿਛਲੀ ਵਾਰ ਮੈਨੂੰ 78% ਵੋਟ ਮਿਲੇ ਸੀਗੇ ਐਤਕੀ ਮੈਨੂੰ 80-82% ਵਧਣੇ ਚਾਹੀਦੇ ਹੈਗੇ ਨੇ ਘਟੇ ਤਾਂ ਨਾ ਮੈਨੂੰ ਇਹ ਲੱਗੇਗਾ ਕਿ ਵੀ ਮੈਂ ਸੰਗਤ ਦਾ ਪਿਆਰ ਨਹੀਂ ਪਾ ਪਾਇਆ ਇੰਨਾ ਕਿ ਜਿਹੜਾ ਮੇਰਾ ਜੇ ਘਟੇ ਤੇ 78% ਪਿਛਲੀ ਵਾਰੀ ਵੋਟ ਮਿਲੇ ਸੀ ਐਤਕੀ ਮੈਨੂੰ 80-82% ਮਿਲਣੇ ਚਾਹੀਦੇ ਨੇ ਜ਼ਰੂਰ ਮੈਂ ਸੰਗਤ ਅੱਗੇ ਰਜੌਰੀ ਗਾਰਡਨ ਸੰਗਤ ਅੱਗੇ ਇੱਕ ਮੈਂ ਰਿਕੁਐਸਟ ਕਰਨਾ ਚਾਹੁੰਦਾ ਹੈਗਾ ਵਾਂ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਨਾ ਜਿਹੜੇ 22 ਤਰੀਕ ਨੂੰ ਇਲੈਕਸ਼ਨ ਹੈਗੇ ਨੇ ਇਹਦੇ 'ਚ ਨਾ ਆਪਣਾ ਇਹ ਡੈਮੋਕ੍ਰੇਸੀ ਦਾ ਯੁੱਗ ਹੈਗਾ ਵੇ ਅਤੇ ਇਹਦੇ ਵਿੱਚ ਨਾ ਆਪਣੇ ਨਾ ਵੋਟ ਦਾ ਇਸਤੇਮਾਲ ਜ਼ਰੂਰ ਕਰਨ ਹਰ ਹਾਲਤ ਵੀ ਵੋਟ ਪਾਉਣਾ ਚਾਹੀਦਾ ਹੈਗਾ ਵੇ ਕਿਤੇ ਇਹ ਨਾ ਹੋਵੇ ਕਿ ਕਿਸੇ ਟਾਈਮ ਲੇਟ ਹੋ ਜਾਣ ਜਾਂ ਕੋਈ ਐਸਾ ਗੱਲਬਾਤ ਹੋ ਜਾਏ 8 ਤੋਂ ਲੈ ਕੇ 5 ਵਜੇ ਤੱਕ ਟਾਈਮ ਹੈਗਾ ਵੇ ਸਾਡਾ ਚੋਣ ਨਿਸ਼ਾਨ ਬੈਟ ਹੈ ਅਤੇ ਮਿਹਰਬਾਨੀ ਕਰਕੇ ਮੈਂ ਤਾਂ ਰਿਕੁਐਸਟ ਕਰਾਂਗਾ ਕਿ ਵੀ ਬੈਟ 'ਤੇ ਮੋਹਰ ਲਗਾਓ ਔਰ ਆਪਣਾ ਇਹ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਔਰ ਜਿਹੜੇ ਵੀ ਸਾਡੇ ਕੰਮ ਜਿਹੜੇ ਅੱਛੇ ਕਰਨ ਵਾਲੇ ਨੇ ਉਹ ਅਸੀਂ ਕਰੀਏ ਔਰ ਇਹ ਜਿਹੜਾ ਕਬਜ਼ਾ ਕਰਨਾ ਚਾਹੁੰਦੇ ਹੈਗੇ ਨੇ ਜੇ ਅੱਜ ਇਹਨਾਂ ਦੇ ਹੱਥੀ ਚਲਾ ਗਿਆ ਹੈਗਾ ਗੁਰਦੁਆਰਾ ਅੱਗੇ ਇਹਨਾਂ ਨੇ 13 ਸਾਲ 7 ਸਾਲ ਬਾਅਦ 8 ਸਾਲ ਬਾਅਦ ਇਲੈਕਸ਼ਨ ਕਰਾਏ ਗਏ ਸੀਗੇ ਫਿਰ ਇਹਨਾਂ ਨੇ ਮੇਰਾ ਖਿਆਲ ਹੈ ਇਹਦੇ ਨਾ 20 ਸਾਲ ਵੀ ਨਹੀਂ ਹੁੰਦੇ ਅਗਰ ਜਿਹੜਾ ਨਾਂ ਹੋ ਜਾਏਗਾ ਨਾ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਿੰਘ ਸਭਾ ਕੋਛੜ ਗੁਰਦੁਆਰਾ ਸਿੰਘ ਸਭਾ ਨਾ ਹੋ ਜਾਵੇ ਇਹ ਮਿਹਰਬਾਨੀ ਕਰਕੇ ਤੁਸੀਂ ਅੰਦਰ ਬਚਣਾ ਤੁਸੀਂ ਔਰ ਇਹ ਮੇਰੀ ਇੱਕ ਹੋਰ ਰਿਕੁਐਸਟ ਹੈਗੀ ਹੈ ਅਸੀਂ 8 ਮੈਂਬਰ ਹੈਗੇ ਹਾਂ 8 'ਤੇ ਹੀ ਨਾ ਤੁਸੀਂ ਬੈਠ 'ਤੇ ਮੋਹਰ ਲਗਾ ਕੇ ਨਾ ਸਾਨੂੰ ਸਾਰਿਆਂ ਨੂੰ ਵਿਜੇ ਦਿਲਵਾਉਣਾ ਔਰ ਸਾਡੇ ਹੱਥ ਮਜ਼ਬੂਤ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।